ਦੇਖੋ ਸਿੱਧੀ ਗੱਲ ਸਪਸ਼ਟ ਸੀ, ਉਹਨਾਂ ਨੂੰ ਕਹਿ ਸੀ ਉਸ ਦਿਨ ਵੀ ਭਾਈ ਹੁਣ ਇਸ ਮੀਟਿੰਗ ਦੇ ਵਿੱਚ ਕੋਈ ਫਾਈਨਲ ਡਿਸੀਜਨ ਲੈ ਕੇ ਆਇਓ, ਇਹ ਜ਼ਿਆਦਾ ਤੁਸੀਂ ਲਟਕਾਉਣਾ ਚਾਹੋ ਇਹ ਹੁਣ ਲਟਕਾ ਨਹੀਂ ਹੋਣਾ, ਅਤੇ ਫਿਰ ਅਸੀਂ ਅੱਗੇ ਵਧਾਂਗੇ ਅਤੇ ਫਿਰ ਦਿੱਲੀ ਜਾਵਾਂਗੇ, ਹੋਰ ਸਾਡੇ ਕੋਲ ਰਸਤਾ ਕੀ ਹੈ? ਵੀ ਇਹ ਹੁਣ ਬਾਹਲਾ ਚਿਰ ਨਹੀਂ ਇੱਥੇ ਲਟਕਾ ਕੇ ਰੱਖ ਛੱਡਦੇ ਵੀ ਜੀ ਦੋ ਦਿਨ ਬਾਅਦ ਫਿਰ ਮੀਟਿੰਗ ਰੱਖ ਲਓ, ਇੱਦਾਂ ਹੀ ਤੁਸੀਂ ਸਮਾਂ ਕੱਢਦੇ ਹੋ, ਇੱਦਾਂ ਨਹੀਂ ਹੋਊਗਾ। ਮੀਟਿੰਗ ਹੈ, ਉਸ ਤੋਂ ਬਾਅਦ ਫਿਰ ਦਿੱਲੀ ਦੇ ਅੰਦਰ ਵੜਾਂਗੇ, ਜੇ ਉਹ 'ਚ ਰਿਜ਼ਲਟ ਨਹੀਂ ਨਿਕਲਿਆ ਮੀਟਿੰਗ ਸਾਡੇ ਨਾਲ ਜਿੰਨੀ ਵਾਰੀ ਮਰਜ਼ੀ ਕਰਦੇ ਰਹਿਣ, ਪਰ ਫਿਰ ਅਸੀਂ ਅੰਦਰ ਜਾਵਾਂਗੇ, ਕਲੀਅਰ ਕੱਟ ਹੈ। ਅਗਰ ਮੀਟਿੰਗ ਦਾ ਸੱਟਾ ਨਹੀਂ ਨਿਕਲਦਾ, ਬੇਸਿੱਟੀ ਨਿਕਲਦੀ ਹੈ ਮੀਟਿੰਗ, ਤਾਂ ਕਿ ਇਹ ਜਿਹੜਾ ਸਿੰਧੂ ਬਾਰਡਰ ਦਾ ਸਿੰਘ ਬਾਰਡਰ ਦਾ ਕੁਝ ਕਿੱਦਾਂ ਰਹੇਗਾ, ਕੀ ਪਲਾਨ ਰਹੇਗਾ, ਕੀ ਰਣਨੀਤੀ ਰਹੇਗੀ? ਦੇਖੋ ਸਿੱਧੀ ਗੱਲ ਸਪਸ਼ਟ ਸੀ, ਉਹਨਾਂ ਨੂੰ ਕਹਿ ਸੀ ਉਸ ਦਿਨ ਵੀ ਭਾਈ ਹੁਣ ਇਸ ਮੀਟਿੰਗ ਦੇ ਵਿੱਚ ਕੋਈ ਫਾਈਨਲ ਡਿਸੀਜਨ ਲੈ ਕੇ ਆਇਓ, ਇਹ ਜ਼ਿਆਦਾ ਤੁਸੀਂ ਲਟਕਾਉਣਾ ਚਾਹੋ ਇਹ ਹੁਣ ਲਟਕਾ ਨਹੀਂ ਹੋਣਾ, ਅਤੇ ਫਿਰ ਅਸੀਂ ਅੱਗੇ ਵਧਾਂਗੇ ਅਤੇ ਫਿਰ ਦਿੱਲੀ ਜਾਵਾਂਗੇ, ਹੋਰ ਸਾਡੇ ਕੋਲ ਰਸਤਾ ਕੀ ਹੈ? ਉਹ ਸਾਨੂੰ ਕਹਿੰਦੇ ਜੀ ਟਕਰਾਓ 'ਚ ਨਾ ਹੋ, ਅਸੀਂ ਕਿਹਾ ਭਾਈ ਟਕਰਾਓ 'ਚ ਕਿੱਥੋਂ ਆਉਣੇ ਆ? ਅਸੀਂ ਉਹਨੂੰ ਇਹ ਵੀ ਕਹਿਤਾ, ਉਹ ਕਹਿੰਦੇ ਜੀ ਇਹਦਾ ਜਿਹੜਾ ਟਾਈਮ ਫਰੇਮ ਸਾਨੂੰ ਬਣਾਉਣਾ ਪਊਗਾ, ਇਹ ਦੇਖਣਾ ਪਊਗਾ ਵੀ ਕਿੰਨਾ ਚਿਰ ਲੱਗਣਾ, ਕਿੰਨੇ ਇਹਦੇ ਬਾਰੇ MSP ਬਾਰੇ, ਜਿਹੜੀ ਤੁਸੀਂ ਫਸਲ ਪੈਦਾ ਕਰਦੇ ਆ ਉਹਦੇ ਵਿੱਚ ਉਹ ਫਸਲ ਕੁਛ ਖਰਾਬ ਹੁੰਦੀ ਆ, ਉਹਦਾ ਰੇਟ ਕੀ ਤੈਅ ਹੋਊ ਫਲਾਨਾ, ਉਹ ਇੱਦਾਂ ਕਹਾਣੀਆਂ ਬਣਾਉਂਦੇ ਵੀ ਉਹਦੇ ਵਾਸਤੇ ਬੜਾ ਲੰਬਾ ਸਮਾਂ ਚਾਹੀਦਾ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਦਾਂ ਕਰ ਲਓ, ਅਸੀਂ ਇੱਦਾਂ ਵੀ ਰਾਜ਼ੀ ਹਾਂ ਵੀ ਭਾਈ ਸਾਨੂੰ ਟਾਈਮ ਬਾਉਂਡ ਕਰੋ ਅਤੇ ਸਾਨੂੰ ਅੰਦਰ ਜਾਣ ਦਿਓ, ਅਸੀਂ ਦਿੱਲੀ ਜਾ ਕੇ ਬਹਿੰਦੇ ਹਾਂ, ਉਹ ਤੁਸੀਂ 10 ਦਿਨ 20 ਦਿਨ ਲੈ ਲਓ, ਅਸੀਂ ਉੱਥੇ ਬੈਠਾਂਗੇ ਅਤੇ ਜੇ ਤੁਸੀਂ ਸਾਨੂੰ ਬਣਾ ਕੇ ਦੇ ਦਿਓ ਵਾਪਸ ਮੁੜ ਕੇ ਆ ਜਾਂਗੇ, ਪਰ ਜਾਵਾਂਗੇ ਦਿੱਲੀ। ਥੈਂਕ ਯੂ, ਜਾਵਾਂਗੇ ਦਿੱਲੀ ਅਸੀਂ ਬਿਲਕੁਲ, ਜਿੰਨੀ ਵਾਰ ਵੀ ਉਹ ਟੇਬਲ ਟੋਕ ਕਰਨ ਅਸੀਂ ਜਾਵਾਂਗੇ, ਪਰ ਇੱਕ ਗੱਲ ਹੈ ਮੀਟਿੰਗ ਹੈ, ਉਸ ਤੋਂ ਬਾਅਦ ਫਿਰ ਦਿੱਲੀ ਦੇ ਅੰਦਰ ਵੜਾਂਗੇ, ਜੇ ਉਹ 'ਚ ਰਿਜ਼ਲਟ ਨਹੀਂ ਨਿਕਲਿਆ ਮੀਟਿੰਗਾਂ ਸਾਡੇ ਨਾਲ ਜਿੰਨੀ ਵਾਰੀ ਮਰਜ਼ੀ ਕਰਦੇ ਰਹਿਣ, ਪਰ ਫਿਰ ਅਸੀਂ ਅੰਦਰ ਜਾਵਾਂਗੇ, ਕਲੀਅਰ ਕੱਟ ਹੈ ਵੀ ਇਹ ਹੁਣ ਬਾਹਲਾ ਚਿਰ ਨਹੀਂ ਇੱਥੇ ਲਟਕਾ ਕੇ ਰੱਖ ਛੱਡਦੇ ਵੀ ਜੀ ਦੋ ਦਿਨ ਬਾਅਦ ਫਿਰ ਮੀਟਿੰਗ ਰੱਖ ਲਓ, ਇੱਦਾਂ ਹੀ ਤੁਸੀਂ ਸਮਾਂ ਕੱਢਦੇ ਹੋ, ਇੱਦਾਂ ਨਹੀਂ ਹੋਊਗਾ। ਅਤੇ ਜਿਵੇਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਗਗਨ ਨੂੰ ਮਾਲ ਨੇ ਇੱਕ ਬਿਆਨ ਦਿੱਤਾ ਸੀ ਕਿ ਇਹ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ 5 ਮਿੰਟ 'ਚ ਇਹਨਾਂ ਦੀਆਂ ਸਾਰੀਆਂ MSP ਨੂੰ ਖਾਸ ਤੌਰ 'ਤੇ ਪਹਿਲ ਦੇ ਆਧਾਰ 'ਤੇ ਲਿਆਵਾਂਗੇ, ਅੱਜ ਉਹ ਵਾਅਦੇ ਕਿੱਥੇ ਗਏ? ਦੇਖੋ ਮੈਂ ਇੱਕ ਦਿਨ ਇੱਕ ਡਿਬੇਟ 'ਚ ਬੈਠਾ ਸੀ ਅਤੇ ਉੱਥੇ ਸੰਘੇੜਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਪ੍ਰਵਕਤਾ ਉਹਨਾਂ ਨੂੰ ਕਿਸੇ ਨੇ ਸਵਾਲ ਕਰਤਾ, ਉਹ ਕਹਿੰਦਾ ਜੀ ਦੇਖੋ ਸਾਡੀ ਇੱਕ ਬੱਚੀ ਨੇ ਬਿਆਨ ਦੇ ਦਿੱਤਾ, ਉਹਨੂੰ ਤੁਸੀਂ ਸਾਰੇ ਖਿੱਚ ਕੇ ਕਹੀ ਜਾਂਦੇ ਆ ਅਨਭੋਲ ਪੁਣੇ 'ਚ, ਕੀ ਤੁਸੀਂ ਪੰਜਾਬ ਦੀ ਸੱਤਾ ਅਨਭੋਲਾਂ ਦੇ ਹੱਥ 'ਚ ਦਿੱਤੀ ਹੋ ਆ, ਕੀ ਬੱਚਿਆਂ ਦੇ ਹੱਥ 'ਚ ਦਿੱਤੀ ਹੋ ਆ? ਉਹ ਅਸੀਂ ਉਹਨਾਂ ਨੂੰ ਬਹੁਤ ਪੁੱਛਿਆ ਵੀ ਭਾਈ ਫਿਰ ਤੁਸੀਂ ਤਾਂ ਕਹਿੰਦੇ ਸੀ 5 ਮਿੰਟ 'ਚ ਦੇਵਾਂਗੇ, ਘੱਟ ਤੋਂ ਘੱਟ ਤੁਸੀਂ ਚਲੋ ਅਸੀਂ ਕੇਂਦਰ ਤੋਂ ਤਾਂ ਪੱਕੀਆਂ ਫਸਲਾਂ ਦੇ ਹਾਲ ਦੀ ਘੜੀ ਮੰਗਦੇ ਹਾਂ, ਜੇ ਜਿਨ੍ਹਾਂ 'ਤੇ ਤੁਸੀਂ MSP ਨਿਰਧਾਰਿਤ ਕੀਤੀ ਉਹ 'ਤੇ ਕਾਨੂੰਨ ਬਣਾ ਦਿਓ, ਕਾਨੂੰਨ ਮੰਗਦੇ ਹਾਂ, ਅਤੇ ਤੁਸੀਂ ਭਾਈ ਇੱਥੇ ਸਬਜ਼ੀਆਂ 'ਤੇ ਦੇ ਦਿਓ, ਕੇਰਲਾ 'ਚ ਸਬਜ਼ੀਆਂ 'ਤੇ ਵੀ ਹੈ ਭਾਈ MSP, ਤਾਂ ਤੁਸੀਂ ਉਹਨਾਂ 'ਤੇ ਦੇ ਦਿਓ ਪੰਜਾਬ ਵਾਲੇ। ਪਰ ਐਵੇਂ ਇਹ ਦਰਅਸਲ ਜਿੰਨੇ ਸੱਤਾ ਦੇ ਲੋਕ ਹੈ ਨਾ, ਇਹ ਝੂਠ ਬੋਲਣਾ ਜਾਣਦੇ ਆ, ਸੱਤਾ ਹਾਸਲ ਕਰਨਾ ਜਾਣਦੇ ਆ, ਪਰ ਜਦੋਂ ਇਹ ਆ ਕੇ ਆਪਣੀ ਕੁਰਸੀ 'ਤੇ ਬਹਿ ਜਾਂਦੇ ਸੱਤਾ 'ਤੇ, ਫਿਰ ਇਹ ਆਪਣਿਆਂ ਲੋਕਾਂ ਨੂੰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਸਭ ਨੂੰ ਭੁੱਲ ਜਾਂਦੇ ਆ। ਇੱਕ ਪੰਜਾਬ ਦਾ ਕਿਸਾਨ ਜਿਹੜਾ BJP ਚਲਾ ਗਿਆ ਮਨਜਿੰਦਰ ਸਿੰਘ ਸਿਰਸਾ, ਉਹਦਾ ਬਿਆਨ ਆਇਆ ਕਿ ਕਿਸਾਨ ਬੈਠੇ ਰਹਿਣ, ਹੋਰ 10-10 ਦਿਨਾਂ ਨੂੰ ਕੋਰਟ ਲੱਗ ਜਾਏਗਾ, ਫਿਰ ਕਿਸਾਨ ਕੀ ਕਰਨਗੇ? ਉਹਦੇ ਬਿਆਨ ਨੂੰ ਕਿਵੇਂ ਦੇਖਦੇ? ਨਹੀਂ, ਮਨਜਿੰਦਰ ਸਿੰਘ ਸਿਰਸਾ ਮੇਰੇ ਨਾਲ ਇੱਕ ਦਿਨ ਨਿਊਜ਼ 18 'ਤੇ ਬਹਿਸ 'ਚ ਬੈਠੇ ਸਨ, ਮੈਂ ਉਹਨਾਂ ਨੂੰ ਕਿਹਾ ਵੀ ਸਿਰਸਾ ਸਾਹਿਬ ਤੁਹਾਨੂੰ ਚੇਤਾ ਭੁੱਲ ਗਿਆ, ਅਸੀਂ ਤਾਂ ਸਮਝਦੇ ਸੀ ਤੁਸੀਂ ਚੰਗੇ ਬਣੇ ਹੋ, ਕਿਉਂਕਿ ਉੱਤਰਾਖੰਡ ਤੋਂ ਜਿੱਦਣ ਬਾਰਡਰ ਤੋੜਿਆ ਉੱਦਣ ਸਿਰਸਾ ਸਾਹਿਬ ਨਾਲ ਸੀਗੇ, ਉੱਦਣ ਨਾਲ ਸੀਗੇ ਇਹ, ਕਿਉਂਕਿ ਉੱਦਣ ਇਹ ਮੇਰੇ ਖਿਆਲ 'ਚ ਸ਼੍ਰੋਮਣੀ ਅਕਾਲੀ ਦਲ 'ਚ ਹੁੰਦੇ ਸੀ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਨਾਲ ਟੁੱਟਾ ਹੈ ਸੀ, ਇਹ ਵੇ ਕਿਸਾਨਾਂ ਲਾ ਕੇ ਖੜ ਗਿਆ ਪਏ, ਅਸੀਂ ਤਾਂ ਤੁਹਾਡੇ ਨਾਲ ਹਾਂ ਜੀ। ਅਤੇ ਫਿਰ ਮੈਂ ਦੱਸੋ, ਮੈਂ ਕਿਹਾ ਤੂੰ 2-3 ਸਾਲ ਹੋ ਗਏ, ਉਦੋਂ ਸਮਾਂ ਨਹੀਂ ਸੀ, ਉਦੋਂ ਸਮਾਂ ਜਿਹੜਾ ਸੀ ਉਦੋਂ ਇਹੀ ਗੱਲ ਕਹੀ ਸੀ ਵੀ ਸਾਡੇ ਕੋਲ ਸਮਾਂ ਥੋੜ੍ਹਾ, ਸਾਨੂੰ ਅਸੀਂ ਕਮੇਟੀ ਬਣਾਉਂਦੇ ਹਾਂ, ਅਸੀਂ ਕਰਦੇ ਹਾਂ, ਕੀ ਕੀਤਾ ਹੁਣ ਤੱਕ 2.5 ਸਾਲਾਂ 'ਚ? ਥੋੜ੍ਹਾ ਸਮਾਂ,
ਨਰਿੰਦਰ ਮੋਦੀ ਨੂੰ 10 ਸਾਲ ਹੋ ਗਏ ਕਹਿ ਨੂੰ ਵੀ ਮੈਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗਾ 2014 'ਚ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ। ਅੱਜ ਇੱਕ ਸੀਨੀਅਰ ਅਫਸਰ ਸੀ, ਮੈਨੂੰ ਉਹਦਾ ਬਹਿਸ ਹੋਈ ਮੇਰੀ, ਕਹਿੰਦਾ ਜੀ ਉਹ ਤਾਂ ਇੱਦਾਂ ਹੁੰਦੀ ਆ ਕਈ ਵਾਰੀ ਬਿਆਨ ਦੇ ਦਿੰਦੇ ਆ ਵੀ ਜਦੋਂ ਸੱਤਾ 'ਚ ਆਉਂਦੇ ਦੇਖਦੇ ਆ ਸਾਡੇ ਕੋਲ ਬਜਟ ਹੈ ਨਹੀਂ, ਅਤੇ ਮੈਂ ਕਿਹਾ ਫਿਰ ਝੂਠ ਕਿਉਂ ਬੋਲਦੇ ਆ, ਫਿਰ ਇਹੀ ਕਹਿਣਾ ਅਤੇ ਸੱਤਾ 'ਚ ਜਾਵਾਂਗੇ ਅਸੀਂ ਖਜ਼ਾਨੇ ਦੀ ਸਥਿਤੀ ਦੇਖਾਂਗੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਪਹਿਲਾਂ ਕਿਉਂ ਫਿਰ ਲੋਕਾਂ ਨੂੰ ਇਹ ਭਰਮਾਉਂਦੇ ਆ ਵੀ ਆਹ ਦੇਵਾਂਗੇ ਉਹ ਦੇਵਾਂਗੇ? ਸੋ ਇਹ ਲੋਕ ਜਿਹੜੇ ਆ ਸਿਆਸੀ ਲੋਕ ਝੂਠ ਬੋਲਦੇ ਨੇ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਸਾਰੇ ਚਾਹੇ ਥੈਲੀ ਦੇ ਕੋਈ ਚੱਟੇ ਬੱਟੇ, ਚਾਹੇ ਉਹ ਪੰਜਾਬ ਸਰਕਾਰ ਹੈ ਅਤੇ ਚਾਹੇ ਉਹ ਭਾਰਤ ਸਰਕਾਰ ਹੈ, ਝੂਠ ਬੋਲਣਾ ਇਹਨਾਂ ਨੇ ਮਹਾਨਤਾ ਹਾਸਲ ਕੀਤੀ ਉਹ ਦਰਅਸਲ ਲੋਕਾਂ ਦਾ ਵਿਸ਼ਵਾਸ ਹੀ ਲੀਡਰਾਂ ਤੋਂ ਉੱਠ ਗਿਆ।